ਪੰਜਾਬ ਕਾਂਗਰਸ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਸਰਕਾਰ 'ਚ ਆਉਣ 'ਤੇ ਡਰੱਗਸ ਮਾਫੀਆਵਾਂ ਦੇ ਖਿਲਾਫ ਕਰੜੀ ਕਾਰਵਾਈ ਕੀਤੀ ਜਾਏਗੀ। ਪੰਜਾਬ ਦੀ ਚੋਣਾਂ ਦੀ ਫਿਜ਼ਾ ਵਿੱਚ ਇੱਕ ਵਾਰ ਫਿਰ ਤੋਂ ਨਸ਼ੇ ਅਤੇ ਡਰੱਗਸ ਦਾ ਮੁੱਦਾ ਗਰਮਾ ਗਿਆ ਹੈ। ਪੰਜਾਬ ਕਾਂਗਰਸ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨੇ ਬਿਆਨ ਦਿੱਤਾ ਹੈ ਕਿ ਪੰਜਾਬ ਵਿੱਚ ਕਾਂਗਰਸ ਦੇ ਸੱਤਾ ਵਿੱਚ ਆਉਣ 'ਤੇ ਡਰੱਗਸ ਮਾਫੀਆ ਦੇ ਖਿਲਾਫ ਸਪੈਸ਼ਲ ਕਾਨੂੰਨ 4 ਹਫ਼ਤਿਆਂ ਵਿੱਚ ਲਾਏ ਜਾਣਗੇ। ਕੈਪਟਨ ਅਮਰਿੰਦਰ ਸਿੰਘ ਨੇ ਡਰੱਗਸ ਦੇ ਮਾਮਲਿਆਂ 'ਚ ਦੋਸ਼ੀਆਂ ਦੀ ਜਾਇਦਾਦ ਕੁਰਕੀ ਕਰਨ ਦੀ ਗੱਲ ਵੀ ਕਹੀ ਹੈ। ਦਰਅਸਲ ਪੰਜਾਬ ਕਾਂਗਰਸ ਨੇ ਡਰੱਗਸ ਤੇ 9 ਬਿੰਦੂਆਂ ਵਾਲਾ ਇੱਕ ਡਰਾਫਟ ਵੀ ਤਿਆਰ ਕੀਤਾ ਹੈ। ਕੈਪਟਨ ਸਾਹਿਬ ਨੇ ਆਪਣੇ ਇੱਕ ਮੈਨੀਫੈਸਟੋ ਕੇ ਕੁਛ ਪੁਆਇੰਟਸ ਹੈ, 9 ਨੁਕਤੇ ਜੋ ਹੈ ਵੋ ਉਨ੍ਹੋਂਨੇ ਰਿਲੀਜ਼ ਕੀਏ ਥੇ ਚੰਡੀਗੜ੍ਹ ਮੇਂ ਪ੍ਰੈਸ ਕੋ। ਉਨਮੇਂ ਸੇ ਸਭਸੇ ਪਹਿਲਾ ਜੋ ਬਿੰਦੂ ਹੈ ਵੋ ਯੇ ਹੈ ਕਿ ਕਾਂਗਰਸ ਕੀ ਸਰਕਾਰ ਬਣਨੇ ਪਰ ਕਾਨੂੰਨ ਲੈ ਕੇ ਆਏਂਗੇ ਤਾਂ ਕਿ ਡਰੱਗਸ ਕੀ ਮੈਨੇਸ ਕੋ ਡੀਲ ਕੀਆ ਜਾ ਸਕੇ ਔਰ ਡਰੱਗਸ ਕੇ ਸਾਥ ਸੰਬੰਧਿਤ ਜੋ ਲੋਗ ਹੈ ਉਨਕੋ ਸਲਾਖੋਂ ਕੇ ਪੀਛੇ ਡਾਲਾ ਜਾ ਸਕੇ। ਡਰੱਗਸ ਨੂੰ ਲੈ ਕੇ ਕੈਪਟਨ ਅਮਰਿੰਦਰ ਸਿੰਘ ਦੇ ਬਿਆਨ ਤੇ ਸਿਆਸਤ ਵੀ ਸ਼ੁਰੂ ਹੋ ਗਈ ਹੈ। ਕਾਂਗਰਸ ਵਿਰੋਧੀ ਪਾਰਟੀਆਂ ਨੇ ਕਾਂਗਰਸ ਅਤੇ ਕੈਪਟਨ ਅਮਰਿੰਦਰ ਸਿੰਘ ਤੇ ਨਿਸ਼ਾਨਾ ਲਾਇਆ ਹੈ। ਵੀ ਰਹੇ ਨੇ ਜੀ 5 ਸਾਲ ਰਾਜ ਕੀਤਾ, ਉਹਨਾਂ ਨੇ ਉਦੋਂ ਕਿਹੜੇ ਕਿਹੜੇ ਲਾਅ ਬਣੇ ਪਹਿਲਾਂ ਤਾਂ ਉਹ ਦੱਸਣ ਗੱਲਾਂ, ਤੇ ਉਸ ਤੋਂ ਬਾਅਦ ਜਦੋਂ ਦੇਖਾਂਗੇ ਜਦੋਂ ਅਸਲ ਸਰਕਾਰ ਆਊਗੀ ਉਦੋਂ ਦੀਆਂ ਗੱਲਾਂ ਨੇ। ਬਟ ਅਕਾਲੀ ਦਲ ਤਾਂ ਆਲਰੇਡੀ ਇਸ ਚੀਜ਼ ਤੇ ਵਰਕਆਊਟ ਕਰ ਰਿਹਾ, ਇਹ ਸੁਪਨੇ ਨੇ, ਚਲੋ ਲੈਣ ਦਿਓ, ਕੋਈ ਚੰਗੀ ਗੱਲ ਹੈ। ਮੈਨੂੰ ਇਹ ਨਹੀਂ ਸਮਝ ਆਉਂਦੀ ਵੀ ਇਹ ਕੈਪਟਨ ਅਮਰਿੰਦਰ ਸਿੰਘ ਹੋਰੀ ਪਹਿਲੀ ਵਾਰ ਸਰਕਾਰ 'ਚ ਆਉਣ ਲੱਗੇ ਆ ਜਾਂ ਪਹਿਲੀ ਵਾਰ ਉਹਨਾਂ ਨੇ ਸਰਕਾਰ ਬਣਾਉਣੀ ਹੈ ਤਾਂ ਪਿਛਲੇ 70 ਸਾਲਾਂ ਤੋਂ ਸਰਕਾਰ ਚਲਾ ਰਹੇ। ਇਹ ਜਦ ਵੀ ਕੋਈ ਗੱਲ ਕਰਦੇ ਆ, ਜੇ ਸਾਡੀ ਸਰਕਾਰ ਆਈ, ਤੁਹਾਡੀ ਸਰਕਾਰ ਤਾਂ ਪਿਛਲੇ 70 ਸਾਲਾਂ ਤੋਂ ਆ ਰਹੀ ਇਸ ਦੇਸ਼ 'ਚ, ਉਦੋਂ ਤੱਕ ਇਹਨਾਂ ਨੇ ਕਿਉਂ ਨਹੀਂ ਕਾਨੂੰਨ ਬਣਾਏ? ਹੁਣ ਇਹ ਕੋਈ ਨਵੇਂ ਕੋਈ ਪੜ੍ਹ ਕੇ ਆਏ ਕਿਤੋਂ ਬਾਹਰੋਂ ਕਾਨੂੰਨ? ਅਮਰਿੰਦਰ ਸਿੰਘ ਬਹੁਤ ਸਿਆਣੇ ਨੇ, ਪੰਜਾਬ ਦੇ ਮੁੱਖ ਮੰਤਰੀ ਰਹੇ ਨੇ 5 ਸਾਲ 2002 ਤੋਂ 2007 ਤੱਕ, ਪਰ ਮੈਨੂੰ ਇਹ ਬੜੀ ਛੋਟੀ ਗੱਲ ਲੱਗਦੀ ਹੈ ਕਿਉਂਕਿ ਜਿਹੜੇ ਪਹਿਲੇ ਕਾਨੂੰਨ ਨੇ ਬਣੇ ਹੋਏ NDPS ਐਕਟ ਨੇ ਜਾਂ ਹੋਰ ਡਰੱਗ ਦੇ ਅਗੇਂਸਟ ਜਿਹੜੇ ਕਾਨੂੰਨ ਨੇ, ਉਹਨਾਂ ਨੂੰ ਹੀ ਆਪਾਂ ਇੱਕ ਲਾ ਦੀ ਟਰਮ ਹੁੰਦੀ ਆ ਇੰਟੈਂਸ਼ਨ ਬੋਨਾਫਾਈਡ ਦੇ, ਇੰਟੈਂਸ਼ਨ ਜਿਹੜੀ ਹੈਗੀ ਆ ਮਹਿਲਾ ਫੈਡ, ਤੁਹਾਡੀ ਇੰਟੈਂਸ਼ਨ ਕਿੱਦਾਂ ਦੀ ਆ, ਤੁਸੀਂ ਕਰਨਾ ਚਾਹੁੰਦੇ ਹੋ ਜਾਂ ਨਹੀਂ, ਤੇ ਪੁਰਾਣਿਆਂ ਨੂੰ ਇੰਪਲੀਮੈਂਟ ਕਰ ਲਿਓ। ਡਰੱਗਸ ਦਾ ਮੁੱਦਾ ਪੰਜਾਬ ਦੇ ਚੋਣਾਂ ਦੇ ਲਈ ਹਮੇਸ਼ਾ ਸਰਗਰਮ ਰਹਿੰਦਾ ਹੈ। ਹੁਣ ਸੂਬੇ 'ਚ ਵਿਧਾਨ ਸਭਾ ਚੋਣਾਂ ਦੀ ਲਾਲ ਠੁੱਕ ਗਈ ਹੈ, ਲਿਹਾਜ਼ਾ ਇੱਕ ਵਾਰ ਫਿਰ ਤੋਂ ਡਰੱਗਸ ਅਤੇ ਨਸ਼ੇ ਤੇ ਸਿਆਸਤ ਦਾ ਪਾਰਾ ਚੜ੍ਹ ਰਿਹਾ ਹੈ। ਦਿੱਲੀ ਤੋਂ ਪੰਕਜ ਕਪਾਈ ਦੇ ਨਾਲ ਨੀਹਾ ਸ਼ਰਮਾ, ਜ਼ੀ ਮੀਡੀਆ, ਚੰਡੀਗੜ੍ਹ।